ਪੰਜਾਬੀ ਖਬਰਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਦੇਸ਼ ਦੇ ਪ੍ਰਾਈਵੇਟ ਸੈਕਟਰ ਦੇ ਯੈਸ ਬੈਂਕ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕਿਸੇ ਦਾ ਪੈਸਾ ਨਹੀਂ ਡੁੱਬੇਗਾ। ਉਹ ਲਗਾਤਾਰ RBI ਦੇ ਟੱਚ ਵਿੱਚ ਬਣੀ ਹੋਈ ਹੈ। RBI ਗਵਰਨਰ ਤੁਰੰਤ ਰੈਜੂਲੇਸ਼ਨ ਪਲਾਨ ਲਿਆਉਣ ਦਾ ਕੰਮ ਕਰ ਰਹੇ ਨੇ, ਪਰ ਫਿਲਹਾਲ ਇਸ ਦੀ ਡਿਟੇਲ ਨਹੀਂ ਦੇ ਸਕਦੇ। ਉਹਨਾਂ ਕਿਹਾ ਕਿ ਇਹ ਕਦਮ ਡਿਪਾਜ਼ਿਟਰਾਂ ਦੇ ਹੱਕ ਵਿੱਚ ਚੁੱਕਿਆ ਗਿਆ। ਯੈਸ ਬੈਂਕ ਮਾਮਲੇ ਨੂੰ ਲੈ ਕੇ SBI ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਪੈਨਿਕ ਕਰਨ ਦੀ ਜ਼ਰੂਰਤ ਹੈ। ਅਸੀਂ ਲੋਕ ਸਿਸਟਮ ਬਣਾ ਰਹੇ ਹਾਂ, ਗ੍ਰਾਹਕਾਂ ਦੇ ਜਮ੍ਹਾਂ ਕੀਤੇ ਹੋਏ ਪੈਸੇ ਪੂਰੀ ਤਰ੍ਹਾਂ ਸੁਰੱਖਿਅਤ ਨੇ। ਵੋਡਾਫੋਨ ਦੇ ਮੁਖੀ ਨੇ ਵੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਮੁਲਾਕਾਤ ਕੀਤੀ, ਪਰ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਨਾਲ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ। ਵੀਰਵਾਰ ਨੂੰ RBI ਨੇ ਯੈਸ ਬੈਂਕ ਨੂੰ 50,000 ਤੋਂ ਜ਼ਿਆਦਾ ਰਕਮ ਕਢਾਉਣ 'ਤੇ ਪਾਬੰਦੀ ਲਾ ਦਿੱਤੀ ਹੈ। ਕੋਈ ਵੀ ਗ੍ਰਾਹਕ ਆਪਣੇ ਅਕਾਊਂਟ 'ਚੋਂ 50,000 ਤੋਂ ਜ਼ਿਆਦਾ ਪੈਸੇ ਨਹੀਂ ਕਢਵਾ ਸਕੇਗਾ। ਸਰਕਾਰ ਨੇ 5 ਮਾਰਚ ਤੋਂ 3 ਅਪ੍ਰੈਲ ਦੇ ਵਿਚਕਾਰ ਯੈਸ ਬੈਂਕ 'ਤੇ ਹੀ ਇਹ ਪਾਬੰਦੀ ਲਾਈ ਹੈ। ਜੇਕਰ ਕਿਸੇ ਗ੍ਰਾਹਕ ਦੇ ਕੋਲ 4 ਅਕਾਊਂਟ ਨੇ ਤਾਂ ਉਹ ਸਾਰੇ ਖਾਤਿਆਂ ਨੂੰ ਮਿਲਾ ਕੇ ਸਿਰਫ 50,000 ਰੁਪਏ ਹੀ ਕਢਵਾ ਸਕਦਾ।